ਸਰਹੰਦ ਜੀਟੀ ਰੋਡ ਤੇ ਸਥਿਤ ਸਰਹੰਦ ਭਾਖੜਾ ਨਹਿਰ ਵਿੱਚ ਬਣੇ ਸਰਹੰਦ ਫਲੋਟਿੰਗ ਰੈਸਟੋਰੈਂਟ ਅੱਜ ਸਰਕਾਰਾਂ ਦੀ ਬੇਰੁਖੀ ਕਾਰਨ ਬੰਦ ਹੋ ਕੇ ਰਹਿ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਸਰਹੰਦ ਨਹਿਰ ਦੇ ਵਿੱਚ ਇਹ ਬਣਿਆ ਰੈਸਟੋਰੈਂਟ ਕਿਸੇ ਸਮੇਂ ਖੂਬ ਆਉਣ ਜਾਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ ਅਤੇ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਆਉਣ ਜਾਣ ਵਾਲੇ ਲੋਕ ਇਸ ਫਲੋਟਿੰਗ ਰੈਸਟੋਰੈਂਟ ਵਿੱਚ ਰੁਕਦੇ ਸਨ ਅਤੇ ਇੱਥੇ ਖੂਬ ਇੰਜੋਏ ਵੀ ਕਰਦੇ ਸਨ। ਅੱਜ ਅਸੀਂ ਸਰਹੰਦ ਗੋਬਿੰਦਗੜ੍ਹ ਰੋਡ 'ਤੇ ਫਲੋਟਿੰਗ ਰੈਸਟੋਰੈਂਟ ਹੈ ਜੋ ਉਹਦੇ ਸਾਹਮਣੇ ਖੜ੍ਹੇ ਹਾਂ। ਇਸ ਰੈਸਟੋਰੈਂਟ ਦੀ ਬਹੁਤ ਹੀ ਤਰਸਯੋਗ ਹਾਲਾਤ ਨੇ। 1976 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਉਦਘਾਟਨ ਕਰਕੇ ਗਏ ਸੀ ਗਿਆਨੀ ਜੈਲ ਸਿੰਘ ਜੀ, ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਆਪਣਾ ਯੋਗਦਾਨ ਇਹਨੂੰ ਚਲਾਉਣ ਵਿੱਚ ਪਾਇਆ, ਚਾਹੇ ਘਾਟੇ ਸੀ ਚਾਹੇ ਵਾਧੇ ਸੀ। ਮੈਨੂੰ ਯਾਦ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ, ਚਿੱਕੜ ਜੀ ਅਕਾਲੀ ਦਲ ਦੀ ਸਰਕਾਰ ਸੀ, ਸਾਹਿਬ ਸੋਹਣ ਸਿੰਘ ਠੰਡਲ ਟੂਰਿਜ਼ਮ ਮਿਨਿਸਟਰ ਸੀ, 1,38,00,000 ਰੁਪਈਆ ਇਸ ਰੈਸਟੋਰੈਂਟ ਦੀ ਗ੍ਰਾਂਟ ਹੈ ਜਿਹੜੀ ਪੰਜਾਬ ਸਰਕਾਰ ਦੁਆਰਾ ਆਈ ਸੀ। ਔਰ ਉਹਦੇ ਵਿੱਚ ਆ ਜਿਹੜਾ ਸਾਹਮਣਾ ਰੈਸਟੋਰੈਂਟ ਹੈ ਇਹ ਉਦੋਂ ਹਾਲ ਬਣਾਇਆ ਗਿਆ ਸੀ ਇਹ, ਔਰ ਥੱਲੇ ਕਿਚਨ ਹੈ ਇਹਦਾ, ਇਹ ਹਾਲ ਬਣਾ ਕੇ ਇੱਥੇ ਇਹਦੇ ਵਿੱਚ ਯੋਗਦਾਨ ਪਾਇਆ ਅਕਾਲੀ ਦਲ ਦੀ ਸਰਕਾਰ ਨੇ। ਔਰ ਅੱਜ ਇਹ ਦੇਖੋ ਤੁਸੀਂ ਥਾਂ ਥਾਂ 'ਤੇ ਕੰਡੇ ਵਾਲੀ ਤਾਰ ਲਾ ਕੇ, ਕੰਡੇ ਲਾ ਕੇ, ਝਾੜੀਆਂ ਸਿੱਟ ਕੇ ਇਹ ਬੰਦ ਕੀਤਾ ਹੋਇਆ। ਔਰ ਜਿਹੜਾ ਮੈਂ ਕਹਿੰਦਾ ਵੀ ਇਹ ਨਾਲ ਦੀ ਜਿਹੜਾ ਕੋਈ ਰੈਸਟੋਰੈਂਟ ਹੈ ਇਹ ਪੰਜਾਬ ਹੀ ਕੀ ਹਿੰਦੁਸਤਾਨ 'ਚ ਇੱਦਾਂ ਦਾ ਰੈਸਟੋਰੈਂਟ ਨਹੀਂ। ਇਹ ਇੰਨਾ ਵਧੀਆ ਮਟੀਰੀਅਲ, ਔਰ ਦੇਖੋ 76 ਤੋਂ ਅੱਜ 50 ਸਾਲ ਹੋ ਗਏ, ਔਰ ਇਹਦੇ ਜਿਹੜੇ ਥੱਲੇ ਡਰੰਮ ਨੇ ਉਸ ਤਰ੍ਹਾਂ ਹੀ ਖੜ੍ਹੇ ਨੇ, ਕੋਈ ਇਹ 'ਚ ਲੀਕੇਜ ਨਹੀਂ, ਕੋਈ ਇਹਦੇ ਵਿੱਚ ਪਾੜ ਨਹੀਂ ਪਿਆ, ਕੋਈ ਗਲੇ ਨਹੀਂ ਹੈ। ਔਰ ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਜਿਹੜੀਆਂ ਸਰਕਾਰੀ ਬਿਲਡਿੰਗਸ ਨੇ ਪੁਰਾਤਨ, ਅੱਜ ਇਹ ਪੁਰਾਤਨ ਦੇ ਟਾਈਮ 'ਚ ਆ ਗਿਆ, ਇਹਨੂੰ ਆਪਾਂ ਮੇਨਟੇਨ ਕਰੀਏ। ਇਹ ਰੈਸਟੋਰੈਂਟ ਹੈ ਜਿਹੜਾ ਇਹਨੂੰ ਚਾਲੂ ਕਰੋ, ਨਾਲ ਹੀ ਇਹਦੇ ਕਮਰੇ ਨੇ ਰਿਹਾਇਸ਼ੀ ਕਮਰੇ ਨੇ, ਕਿਉਂਕਿ ਇਹ ਹਾਈਵੇ 'ਤੇ ਹੈ, ਨੈਸ਼ਨਲ ਹਾਈਵੇ ਦੇ ਉੱਪਰ ਸਿਸਟਮ ਹੈ ਸਾਰਾ ਇਹਦੇ। ਜੇ ਆਪਾਂ ਰੈਸਟੋਰੈਂਟ ਦੇ ਨਾਲ ਨਾਲ ਕਮਰੇ ਵੀ ਚਾਲੂ ਕਰਾ ਲਈਏ, ਉਹਨਾਂ ਨੂੰ ਮੇਨਟੇਨ ਕਰੀਏ, ਬੜਾ ਵਧੀਆ ਇੱਕ ਆਮਦਨ ਦਾ ਜਿਹੜਾ ਸਾਧਨ ਹੈ ਉਹ ਬਣ ਸਕਦਾ ਹੈ। ਔਰ ਹਾਂ ਬਿਲਕੁਲ, ਇਹ ਤਾਂ ਬਹੁਤ ਜ਼ਰੂਰੀ ਮਸਲਾ ਹੈ ਇਲਾਕੇ ਦਾ। ਬਾਹਰਲੇ ਲੋਕ ਵੀ ਆਉਂਦੇ ਆ ਇੱਧਰ, ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣੇ ਦੇ ਲੋਕ, ਜਲੰਧਰ ਦੇ ਸਾਰੇ ਇੱਥੇ ਹੋ ਕੇ ਜਾਂਦੇ ਆ। ਪਿੱਛੇ ਤੁਹਾਨੂੰ ਪਤਾ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਸਾਡੇ ਪ੍ਰਾਈਮ ਮਿਨਿਸਟਰ ਸੀਗੇ, ਉਦੋਂ ਉਹਨਾਂ ਨੇ ਬੱਸ ਚਲਾਈ ਸੀ ਜਿਹੜੀ ਦਿੱਲੀ ਤੋਂ ਪਾਕਿਸਤਾਨ ਜਾਂਦੀ ਸੀਗੀ ਲਾਹੌਰ ਤੱਕ, ਅਤੇ ਲਾਹੌਰ ਤੋਂ ਫਿਰ ਇੱਥੇ ਜਾਂਦੀ ਸੀਗੀ। ਉਹ ਇੱਥੇ ਜਾਂਦੇ ਆਉਂਦੇ, ਰੁਕ ਕੇ ਬ੍ਰੇਕਫਾਸਟ ਕਰਕੇ ਜਾਂ ਖਾਣਾ ਖਾ ਕੇ ਜਾਇਆ ਕਰਦੇ, ਬੜਾ ਖੁਸ਼ ਸੀ ਇੱਥੇ। ਪਤਾ ਨਹੀਂ ਹੁਣ ਜਦੀ ਇਹ ਸਰਕਾਰ ਬਣੀ ਹੈ ਉਦੋਂ ਦਾ ਇਹਨਾਂ ਨੇ ਕੋਈ ਗੌਰ ਨਹੀਂ ਕਰੀ। ਹੁਣ ਤਾਂ ਬੜੀਆਂ ਕਹਿੰਦੇ ਜੀ ਅਸੀਂ ਕਰ ਰਹੇ ਹਾਂ, ਵਾਅਦੇ ਬੜੇ ਕਰੇ, ਨਹੀਂ ਪੂਰਾ ਹੋਇਆ। ਤੋ ਇਹ ਸਾਰਾ ਜਿਹੜਾ ਹੈ, ਹੁਣ ਦੇਖੋ ਫਲੋਟਿੰਗ ਰੈਸਟੋਰੈਂਟ, ਮੇਰੇ ਯਾਦ ਹੈ ਉਦੋਂ ਸਾਡੇ ਦੇਸ਼ ਦੇ ਜਿਹੜੇ ਦੋ ਵਾਰੀ ਰਾਸ਼ਟਰਪਤੀ ਵੀ ਰਹੇ ਹੈ, ਪੰਜਾਬ ਦੇ ਮੁੱਖ ਮੰਤਰੀ ਹੈ ਗਿਆਨੀ ਜੈਲ ਸਿੰਘ ਜੀ, ਉਹਨਾਂ ਦਾ ਬੜਾ ਇੰਟਰਸਟ ਸੀਗਾ ਟੂਰਿਜ਼ਮ ਦੇ ਵੱਲ। ਇਹ ਉਹਨਾਂ ਨੇ ਉਦੋਂ ਬਣਾਇਆ ਸੀਗਾ, ਬਹੁਤ ਵਧੀਆ, ਬੜਾ ਜੀ ਲੱਗਦਾ ਤਾ, ਬੜੀ ਦੂਰ ਦੂਰ ਤੋਂ ਲੋਕ ਆਉਂਦੇ ਤੇ। ਇਸ ਕਰਕੇ ਮੈਂ ਵੀ ਇਹ ਪੁਰਜ਼ੋਰ ਕਰਦਾ ਸਰਕਾਰ ਨੂੰ ਵੀ ਇੱਧਰ ਧਿਆਨ ਦਿੱਤਾ ਜਾਵੇ, ਟੂਰਿਜ਼ਮ ਵੱਲ ਤਾਂ ਹਮੇਸ਼ਾ ਸਰਕਾਰ ਦਾ ਪਹਿਲਾ ਚਾਹੀਦਾ, ਤਾਂ ਕਿ ਲੋਕ ਆਉਣ। ਆਉਣ ਵਾਲੇ ਪੰਜਾਬ ਦਾ ਨਾਂ ਪੂਰੀ ਦੇਸ਼ 'ਚ ਨਹੀਂ, ਪੂਰੇ ਦੁਨੀਆਂ 'ਚ ਨਾਂ ਹੈ ਪੰਜਾਬ ਦਾ। ਹਰ ਬੰਦਾ ਇੱਥੇ ਜਾਂਦਾ ਜਾਂਦਾ ਇੱਥੇ ਰੁਕ ਕੇ ਜਾਵੇ, ਜਿਹੜਾ ਵੀ ਆਵੇ, ਜਿਹੜੇ ਬਾਹਰ ਗਏ ਵੇ ਮੁਲਕਾਂ 'ਚ,
ਚਾਹੇ ਕੋਈ ਕਨੇਡਾ ਚਾਹੇ ਆਸਟ੍ਰੇਲੀਆ, ਜਦੋਂ ਵੀ ਉਹ ਆਉਂਦੇ ਇੱਥੇ ਅੰਮ੍ਰਿਤਸਰ ਜਾਂ ਜਲੰਧਰ ਜਾਂਦੇ ਆ ਤਾਂ ਉਹ ਇੱਥੇ ਜ਼ਰੂਰ ਰੁਕੇ ਜਾਂਦੇ ਆ। ਹਾਂਜੀ, ਸਭ ਕੁਛ ਮਨ ਜਦੋਂ ਸੋਚ ਵਧੀਆ ਹੁੰਦੀ ਹੈ ਨਾ ਤਾਂ ਰਸਤੇ ਬਣ ਜਾਂਦੇ ਆ। ਸਰਕਾਰਾਂ ਨੇ ਬੜਾ ਕੁਛ ਕਰ, ਸਰਕਾਰਾਂ ਬਹੁਤ ਕੁਛ ਕਰ ਸਕਦੀਆਂ। ਇਹ ਸਾਰਾ ਸਰਕਾਰ ਨੂੰ ਚਾਹੀਦਾ ਇਹਦੇ ਸਪੈਸ਼ਲ ਧਿਆਨ ਦੇਵੇ, ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਲਾ ਕੇ ਇਹਨਾਂ ਨੂੰ ਜੋ ਵੀ ਹੈ ਨਾ ਰਾਹੀਂ ਕਰਵਾਵੇ, ਕਹੇ ਵੀ ਇਹਦਾ ਨੱਕ ਬਣਾਓ, ਜੋ ਵੀ ਹੈ ਇਹਨੂੰ ਚਾਲੂ ਕਰੋ। ਤੇ ਜਿਹੜੇ ਇੱਥੇ ਮੁਲਾਜ਼ਮ ਮਲੂਜ਼ਮ ਆ ਉਹਨਾਂ ਦਾ ਵੀ ਇਹਨਾਂ ਨੂੰ ਮਸਲਾ ਸੈੱਟ ਕਰਨਾ ਚਾਹੀਦਾ। ਅੱਗੇ ਸਾਰਾ ਕੁਛ ਤਾਂ ਇੱਥੇ ਰਹਿਣ ਲਈ ਵੀ ਕਮਰੇ ਸੀਗੇ, ਤਣੀ ਹਰ ਤਰ੍ਹਾਂ ਦਾ ਖਾਣ ਪੀਣ ਦਾ ਇੱਥੇ ਆ ਕੇ ਬੰਦੇ ਬੈਠਦੇ, ਬੜਾ ਇੰਜੋਏ ਕਰਦੇ ਸੀ। ਸੋ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਸਰਕਾਰ ਨੂੰ, ਭਗਵੰਤ ਮਾਨ ਜੀ ਮੁੱਖ ਮੰਤਰੀ ਨੇ, ਵੀ ਇਹ ਟੂਰਿਜ਼ਮ ਵੱਲ ਵੀ ਧਿਆਨ ਦੇਣ। ਅਤੇ ਜਿਹੜੀ ਟੂਰਿਜ਼ਮ ਮਹਿਕਮੇ ਦੀ ਮਿਨਿਸਟਰ ਹੈ ਆਪਣੇ ਬੀਬਾ ਜੀ, ਉਹਨਾਂ ਕੀ ਨਾਂ ਹੈ, ਹਾਂ ਉਹਨਾਂ ਨੂੰ ਵੀ ਮੈਂ ਕਹੂੰਗਾ ਵੀ ਤੁਸੀਂ ਸਪੈਸ਼ਲ ਇੱਥੇ ਜਿਹੜਾ ਆਇਆ ਉਹ ਟੂਰ ਕਰੋ, ਇਹਨੂੰ ਦੇਖੋ, ਐਡਾ ਬੜਾ ਮੋਨੂਮੈਂਟੋ ਹੈ ਸਾਡੇ ਇਲਾਕੇ ਦਾ, ਇਹ ਸਾਡੇ ਪੰਜਾਬ ਦਾ, ਇਹਨੂੰ ਸਵਾਰਨ ਦੀ ਲੋੜ ਹੈ। ਹਾਂ ਸਵਾਰਨਾ ਚਾਹੀਦਾ, ਇਹਨੂੰ ਬਣਾਉਣਾ ਚਾਹੀਦਾ ਵਧੀਆ, ਔਰ ਸਾਰਾ ਇਲਾਕਾ ਚਾਹੁੰਦਾ ਹੈ। ਇੱਕ ਪੂਰੇ ਭਾਅ ਜੀ, ਅੱਜ ਤੋਂ 4 ਤੋਂ 5 ਸਾਲ ਪਹਿਲਾਂ ਹੋਟਲ ਬਿਲਕੁਲ ਬੰਦ ਹੋ ਚੁੱਕੇ ਆ, ਜੋ ਕਿ ਉਸ ਤੋਂ ਪਹਿਲਾਂ ਦਿੱਲੀ ਲਾਹੌਰ ਵਾਲੀ ਬੱਸ ਹੁੰਦੀ ਸੀ, ਉਰੇ ਬਹੁਤ ਜ਼ਿਆਦਾ ਉਰੇ ਰੌਣਕਾਂ ਲੱਗਦੀਆਂ ਸੀ, ਔਰ ਇਹ ਸਾਰੀ ਬਿਲਡਿੰਗ ਨਵੀਂ ਬਣੀ, ਜਿਹੜੀ ਤੁਸੀਂ ਦੇਖ ਸਕਦੇ ਹੋ ਆਹ ਬਿਲਡਿੰਗ ਜਮੀ ਖਤਮ ਹੋ ਚੁੱਕੀ ਹੈ ਇਸ ਟਾਈਮ। ਸਿਰਫ ਕੀ ਸਮੱਸਿਆ ਹੈਗੀ ਹੈ, ਰਸਤੇ ਸਮੱਸਿਆ ਕਰਕੇ ਕੀ ਸਮੱਸਿਆ ਰਸਤੇ ਦੀ? ਇੱਥੇ ਜਿੱਦਾਂ ਕਿਹਾ, ਦੇਖੋ ਫਲਾਈਓਵਰ ਬਣ ਚੁੱਕਿਆ, ਨਾ ਕੋਈ ਉਰੇ ਰਸਤਾ ਹੈਗਾ ਆਉਣ ਜਾਣ ਨੂੰ, ਕੋਈ ਰਸਤਾ ਨਹੀਂ, ਸਮੱਸਿਆ ਹੈ। ਆਹ ਦੇਖੋ ਜਿੱਥੋਂ ਲੰਘਣਾ ਰਸਤਾ, ਉੱਥੇ ਉਹ ਘਾਹ ਉੱਗਿਆ ਪਿਆ ਸਾਰਾ, ਇਸ ਟਾਈਮ ਬੰਦ ਹੋਇਆ ਪਿਆ ਬਿਲਕੁਲ। ਇਹ ਕੀ ਮੰਗ ਕਰਦੇ? ਮੰਗ ਕਰਦੇ ਚੱਲਣਾ ਚਾਹੀਦਾ ਦੁਬਾਰਾ, ਦੁਬਾਰਾ ਚੱਲੇ ਇੱਥੇ ਆਵਾਜਾਈ ਚੱਲੇ ਤਾਂ ਵਧੀਆ ਰੌਣਕਾਂ ਲੱਗਦੀਆਂ ਹੁੰਦੇ, ਹੁਣ ਜਮੀ ਘਾਹ ਉੱਗਿਆ ਪਿਆ, ਜਮੀ ਬਲੋਕ ਹੈ। ਦੇਖੋ ਜਿਹੜਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ, ਸ਼ਹੀਦਾਂ ਦੀ ਮਹਾਨ ਧਰਤੀ ਹੈ, ਇਤਿਹਾਸਿਕ ਧਰਤੀ ਹੈ, ਇੱਥੇ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਾਂ ਨੇ ਟੂਰਿਜ਼ਮ ਦੀਆਂ ਪਈਆਂ, ਚਾਹੇ ਉਹ ਆਮ ਖਾਸ ਬਾਗ ਹੋਵੇ ਚਾਹੇ ਫਲੋਟਿੰਗ। ਫਲੋਟਿੰਗ ਜਿਹੜਾ ਸਾਡਾ ਮੇਨ ਇੱਥੇ ਟੂਰਿਸਟ ਇੱਕ ਸਪੋਟ ਸੀ, ਉਹ ਸੜਕ ਬਣ ਕਰਕੇ, ਫਲਾਈਓਵਰ ਬਣ ਕਰਕੇ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ, ਔਰ ਅਸੀਂ ਇਹਦੇ ਪਿੱਛੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਲੀਜ਼ 'ਤੇ ਦਿੱਤਾ ਸੀ, ਜਿਹੜੀ ਐਡ ਕੀਤੀ ਸੀ, ਔਰ ਉਹ 'ਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ। ਇਹਨੂੰ ਬਹੁਤ ਛੇਤੀ ਹੱਲ ਕਰਕੇ ਅਸੀਂ ਬਹੁਤ ਛੇਤੀ ਲੋਕਾਂ ਦੇ ਸਪੁਰਦ ਕਰਾਂਗੇ, ਇੱਥੇ ਵਧੀਆ ਜਿਵੇਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਦਾ, ਔਰ ਜੇ ਮੋਡੀਫਾਈ ਕਰਨਾ ਪਿਆ ਕੁਛ ਤਾਂ ਮੋਡੀਫਾਈ ਕਰਕੇ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਕਰਾਂਗੇ। ਕਿੰਨੇ ਕੁ ਦੇਰ ਤੱਕ ਸੰਭਾਵਨਾ ਆ ਜੀ? ਦੇਖੋ ਬਹੁਤ ਛੇਤੀ ਦਾ ਮਤਲਬ ਇਹ ਕਿ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ, ਜਿਹੜੇ ਇਹਨੂੰ ਲੀਜ਼ 'ਤੇ ਦੇਣ ਦਾ ਉਹ ਪ੍ਰੋਸੈਸ ਚੱਲ ਰਿਹਾ, ਉਹ ਜਿੱਦਣ ਕੰਪਲੀਟ, ਜਿਹੜਾ ਟਾਈਮ ਲੱਗਦਾ ਹੈ ਤੁਹਾਨੂੰ ਪਤਾ, ਜੇ ਟੈਂਡਰ ਹੈ ਤਾਂ ਉਹਨੂੰ ਵੀ ਟਾਈਮ ਲੱਗਦਾ, ਪਰ ਬਹੁਤ ਛੇਤੀ ਦਾ ਮਤਲਬ ਇਹ ਹੈ ਕਿ ਅਸੀਂ ਵਿਦਿਨ 6 ਮੰਥ ਇਹ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਕਰਾਂਗੇ। ਸੋ ਲੋਕਾਂ ਦੀ ਮੰਗ ਇਹ ਹੈ ਕਿ ਇਸ ਰੈਸਟੋਰੈਂਟ ਨੂੰ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇਸ ਸੰਬੰਧ ਦੇ ਵਿੱਚ ਐਡਵੋਕੇਟ ਲਖਵੀਰ ਸਿੰਘ ਰਾਏ, ਵਿਧਾਇਕ ਹਲਕਾ ਫਤਿਹਗੜ੍ਹ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਰੈਸਟੋਰੈਂਟ ਨੂੰ ਚਾਲੂ ਕਰਨ ਲਈ ਜਲਦ ਹੀ ਟੈਂਡਰ ਲਗਾਏ ਜਾ ਰਹੇ ਹਨ, ਅਤੇ ਟੈਂਡਰ ਲੱਗਣ ਤੋਂ ਬਾਅਦ ਮੁੜ ਇਸ ਰੈਸਟੋਰੈਂਟ ਨੂੰ ਚਾਲੂ ਕਰ ਦਿੱਤਾ ਜਾਵੇਗਾ ਅਤੇ ਇੱਥੇ ਮੁੜ ਰੌਣਕਾਂ ਪਰਤਣਗੀਆਂ। ਜਗਦੇਵ ਸਿੰਘ, ਲਿਵਿੰਗ ਇੰਡੀਆ ਨਿਊਜ਼, ਫਤਿਹਗੜ੍ਹ ਸਾਹਿਬ।